ਬਹੁਤ ਸਟੂਡੈਂਟਸ ਦੇ ਕਮੈਂਟਸ ਆ ਰਹੇ ਸੀ ਕਿ ਮੈਮ ਅਲੋਟਮੈਂਟ ਲੈਟਰ ਡਾਊਨਲੋਡ ਹੋ ਗਈ ਹੈ ਹੁਣ ਅਗਲਾ ਪ੍ਰੋਸੈਸ ਕੀ ਹੈ ਕਈ ਬੱਚਿਆਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਕਿਹੜੇ-ਕਿਹੜੇ ਡਾਕੂਮੈਂਟਸ ਜੁਆਇਨਿੰਗ ਦੇ ਟਾਈਮ ਲੈ ਕੇ ਜਾਣੇ ਆ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਇਸ ਟੌਪਿਕ ਦੇ ਬਾਰੇ ਹੀ ਗੱਲ ਕਰਾਂਗੇ ਅਲੋਟਮੈਂਟ ਲੈਟਰ ਤਾਂ ਤੁਸੀਂ ਡਾਊਨਲੋਡ ਕਰ ਹੀ ਲਈਤੀ ਹੋਏਗੀ ਅਲੋਟਮੈਂਟ ਲੈਟਰ ਦੇ ਵਿੱਚ ਫਰਸਟ ইয়ার ਦੀ ਫੀਸ ਦੱਸੀ ਹੋਈ ਹੈ 40250 ਇਹ ਫੀਸ ਤੁਸੀਂ ਯੂਨੀਵਰਸਿਟੀ ਵੈੱਬਸਾਈਟ ਦੇ ਥਰੂ ਡਿਪੋਜ਼ਿਟ ਕਰ ਦੇਣੀ ਹੈ ਫੀਸ ਡਿਪੋਜ਼ਿਟ ਰਸੀਪਟ ਦੇ ਦੋ ਪ੍ਰਿੰਟ ਆਊਟ ਕਢਵਾਉਣੇ ਨੇ ਇੱਕ ਤੁਸੀਂ ਆਪ ਦੇ ਕੋਲ ਐਜ਼ ਅ ਪ੍ਰੂਫ ਰੱਖ ਲੈਣੀ ਹੈ ਦੂਸਰੀ ਜਦੋਂ ਤੁਸੀਂ ਜੁਆਇਨਿੰਗ ਦੇ ਜਾਂੋਗੇ ਕਾਲਜ ਦੇ ਵਿੱਚ ਉਦੋਂ ਕਾਲਜ ਨੂੰ ਦੇਣੀ ਹੈ 7 7 2024 ਤੋਂ ਪਹਿਲਾਂ ਪਹਿਲਾਂ ਜਿਹੜਾ ਤੁਹਾਨੂੰ ਕਾਲਜ ਅਲੋਟ ਹੋਇਆ ਹੈ ਉੱਥੇ ਤੁਸੀਂ ओरिजिनल डॉक्युमेंट्स ਲੈ ਕੇ ਜਾਣੇ ਨੇ ડોਕ्युमेंट्स ਦੀ ਲਿਸਟ ਅਲਾਟਮੈਂਟ ਲੈਟਰ ਤੇ ਹੀ ਦਿੱਤੀ ਹੋਈ ਹੈ ਜਿਵੇਂ ਕਿ 10th ਦਾ DMC +1 ਤੇ +2 ਦਾ DMC +1 ਐਂਡ 10 +2 ਲਾਸਟ اٹینڈੈਂਟ ਸਰਟੀਫਿਕੇਟ issued by प्रिंसिपल ਐਸ ਪਰ ਪ੍ਰੋਸਪੈਕਟਸ ਸਾਰੇ ਬੱਚੇ ਨੋਟ ਕਰ ਲੋ ਕਿ ਸਭ ਤੋਂ ਪਹਿਲਾਂ ਤੁਸੀਂ ਪ੍ਰੋਸਪੈਕਟਸ ਡਾਊਨਲੋਡ ਕਰਨਾ ਹੈ ਪ੍ਰੋਸਪੈਕਟਸ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਦੇ ਦਾਂਗੀ ਪ੍ਰੋਸਪੈਕਟਸ ਡਾਊਨਲੋਡ ਕਰਨ ਤੋਂ ਬਾਅਦ ਪ੍ਰੋਸਪੈਕਟਸ ਦਾ ਪੇਜ ਨੰਬਰ 29 46 ਐਂਡ 50 ਇਸ ਦਾ ਤੁਸੀਂ ਪ੍ਰਿੰਟ ਆਊਟ ਕਢਵਾ ਕੇ ਇਸ ਨੂੰ ਫਿਲ ਕਰਕੇ ਤੁਸੀਂ ਆਪਣੇ ਕੋਲ ਰੱਖ ਲੈਣਾ ਹੈ ਜਦੋਂ ਤੁਸੀਂ ਜੁਆਇਨਿੰਗ ਦੇਣ ਜਾਣਾ ਹੈ ਉਦੋਂ ਡਾਕੂਮੈਂਟਸ ਤੁਸੀਂ ਨਾਲ ਲੈ ਕੇ ਜਾਣੇ ਹਨ ਇਹ ਕੰਪਲਸਰੀ ਡਾਕੂਮੈਂਟਸ ਨੇ ਪੇਜ ਨੰਬਰ 29 46 ਐਂਡ 50 ਪੰਜਾਬ ਰੈਜ਼ੀਡੈਂਸ ਸਰਟੀਫਿਕੇਟ ਵੀ ਤੁਹਾਨੂੰ ਪ੍ਰੋਸਪੈਕਟਸ ਦੇ ਵਿੱਚ ਹੀ ਮਿਲ ਜੇਗਾ ਰਿਜ਼ਰਵਡ ਕੈਟਾਗਰੀ ਸਰਟੀਫਿਕੇਟ ਐਸਸੀ ਸਟੂਡੈਂਟਸ ਦੇ ਲਈ ਇਹ ਕੀ ਹੈ ਮੰਡੇਟਰੀ ਹੈ ਸਬਮਿਟ ਕਰਨਾ ਫ੍ਰੀਸ਼ਿਪ ਕਾਰਡ ਅਗਰ ਕਿਸੇ ਦੀ ਐਕਸੈਪਸ਼ਨ ਹੈ ਤਾਂ ਉਹ ਐਕਸੈਪਸ਼ਨ ਸਰਟੀਫਿਕੇਟ ਡਾਊਨਲੋਡ ਕਰ ਸਕਦਾ ਹੈ ਪ੍ਰੋਸਪੈਕਟਸ ਦੇ ਵਿੱਚੋਂ ਤੇ ਉਸ ਨੂੰ ਫਿਲ ਕਰਕੇ ਉਹ ਵੀ ਨਾਲ ਲੈ ਕੇ ਜਾਣੀ ਹੈ ਸੈਲਫ ਡੈਕਲੇਰੇਸ਼ਨ ਅੰਡਰਟੇਕਿੰਗ ਐਸ ਪਰ ਪ੍ਰੋਸਪੈਕਟਸ ਇਹ ਵੀ ਉਹਨਾਂ ਪੇजेस ਦੇ ਵਿੱਚ ਹੀ ਹੈ ਜਿਹੜੇ ਮੈਂ ਤੁਹਾਨੂੰ ਪੇਜ 29 46 ਐਂਡ 50 ਕਿ ਲਿਖਵਾਏ ਨੇ ਪ੍ਰੂਫ ਆਫ ਡਿਪੋਜੀਸ਼ਨ ਆਫ ਟਿਊਸ਼ਨ ਫੀਸ ਥਰੂ ਯੂਨੀਵਰਸਿਟੀ ਪੇਮੈਂਟ ਗੇਟਵੇ ਇਹ ਗੱਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਫੀਸ ਡਿਪੋਜ਼ਿਟ ਦੀ ਰਿਸਿਪਟ ਤੁਸੀਂ ਨਾਲ ਲੈ ਕੇ ਹੀ ਜਾਣੀ ਹੈ ਗੈਪ ਸਰਟੀਫਿਕੇਟ ਅਗਰ ਕਿਸੇ ਦਾ ਸਟੱਡੀ ਦੇ ਵਿੱਚ ਗੈਪ ਹੈ ਤਾਂ ਉਹ ਗੈਪ ਸਰਟੀਫਿਕੇਟ ਪ੍ਰੋਸਪੈਕਟਰਸ ਦੇ ਵਿੱਚੋਂ ਡਾਊਨਲੋਡ ਕਰਕੇ ਉਸ ਦਾ ਪ੍ਰਿੰਟ ਆਊਟ ਕਢਵਾ ਲੈਣ ਗੈਪ ਸਰਟੀਫਿਕੇਟ ਪ੍ਰੋਸਪੈਕਟਰਸ ਦੇ ਵਿੱਚ ਪੇਜ ਨੰਬਰ 41 ਤੇ ਹੈ ਮਾਈਗ੍ਰੇਸ਼ਨ ਸਰਟੀਫਿਕੇਟ ਮਾਈਗ੍ਰੇਸ਼ਨ ਸਰਟੀਫਿਕੇਟ ਵੈਸੇ ਤਾਂ ਤੁਹਾਨੂੰ ਪਲੱਸ 2 ਦਾ ਜੇ ਤੋ ਡੀਐਮਸੀ ਆਂਦਾ ਹੈ ਉਦੋਂ ਹੀ ਤੁਹਾਨੂੰ ਮਾਈਗ੍ਰੇਸ਼ਨ ਸਰਟੀਫਿਕੇਟ ਵੀ ਮਿਲ ਜਾਂਦਾ ਹੈ ਅਗਰ ਤੁਹਾਡੇ ਕੋ ਮਾਈਗ੍ਰੇਸ਼ਨ ਸਰਟੀਫਿਕੇਟ ਨਹੀਂ ਹੈ ਤਾਂ ਤੁਸੀਂ ਡਿਜੀ ਲੋਕਰ ਤੋਂ ਵੀ ਮਾਈਗ੍ਰੇਸ਼ਨ ਸਰਟੀਫਿਕੇਟ ਡਾਊਨਲੋਡ ਕਰ ਸਕਦੇ ਹੋ ਇਹ ਸਾਰੇ ਡਾਕੂਮੈਂਟਸ ਤੁਸੀਂ ਨਾਲ ਲੈ ਕੇ ਜਾਣੇ ਹਨ オリジナル ਡਾਕੂਮੈਂਟਸ ਨਾਲ ਲੈ ਕੇ ਜਾਣੇ ਨੇ ਉਹਨਾਂ ਦੀ ਫੋਟੋਸਟੇਟ ਵੀ ਨਾਲ ਲੈ ਕੇ ਹੀ ਜਾਣੀ ਹੈ कंपलसरी डॉक्यूमेंट्स पेज नंबर 29 46 एंड 50 ਇਸ ਤੇ ਪ੍ਰਿੰਟ ਆਊਟ ਕਢਵਾ ਕੇ ਇਸ ਨੂੰ ਫਿਲ ਕਰਕੇ ਆਪਣੇ ਕੋਲੇ ਰੱਖਣੇ ਹੈ ਤੁਸੀਂ ਜਦੋਂ ਜੁਆਇਨਿੰਗ ਦੇਣ ਜਾਣਾ ਹੈ ਉਦੋਂ ਇਹ ਨਾਲ ਲੈ ਕੇ ਜਾਣਾ ਹੈ ਅਗਰ ਕਿਸੇ ਦਾ ਗੈਪ ਸਰਟੀਫਿਕੇਟ ਹੈ ਤਾਂ ਉਹ ਪੇਜ ਨੰਬਰ 41 ਪ੍ਰੋਸਪੈਕਟਸ ਦਾ ਉਸ ਦਾ ਪ੍ਰਿੰਟ ਆਊਟ ਕਢਵਾ ਕੇ ਉਸ ਨੂੰ ਫਿਲ ਕਰਕੇ ਆਪਣੇ ਕੋਲ ਰੱਖ ਲੈਣ ਜਦੋਂ ਵੀ ਤੁਸੀਂ ਕਾਲਜ ਦੇ ਵਿੱਚ ਜੁਆਇਨਿੰਗ ਦੇਣੀ ਹੈ ਤਾਂ ਇਹ ਸਰਟੀਫਿਕੇਟ ਤੁਸੀਂ ਨਾਲ ਲੈ ਕੇ ਜਾਣਾ ਹੈ ਫੀਸ ਦੀ ਰਿਸਿਪਟ ਤੁਸੀਂ ਜ਼ਰੂਰ ਨਾ ਲੈ ਕੇ ਜਾਣੀ ਹੈ